ਆਪਣੇ ਦੁਸ਼ਮਨ ਕੋ ਵੀ ਸ਼ੱਕ ਕੀ ਨਿਗਾਹੋਂ ਸੇ ਨਾ ਦੇਖ, ਤੇਰਾ ਕਾਤਿਲ ਤੋ ਤੇਰਾ ਯਾਰ ਵੀ ਹੋ ਸਕਤਾ ਹੈ। ਸਭ ਨੂੰ ਅਸਲਾਮ ਅਲੈਕੁਮ, ਕੀ ਹਾਲ ਹੈ ਸੋਹਣਿਓ? ਜਿਨ੍ਹਾਂ ਬਜ਼ੁਰਗਾਂ ਨੂੰ ਸਤਾਇਆ ਉਹਨਾਂ ਸੌ ਕਦੇ ਨਹੀਂ ਪਾਇਆ। ਹਮਜ਼ਾ ਸਿੱਧੂ ਮਿੰਬਰਾਂ ਦੇ ਖੋਹ ਵਾਲਾ ਕੜੀ ਫੇਰ ਆਇਆ, ਇਹ ਕੜੀ ਫੇਰ ਆਇਆ। ਜੈਸਾ ਕਿ ਤੁਹਾਨੂੰ ਪਤਾ, ਬਾਬਾ ਜੀ ਸਿਆਲਕੋਟ ਚੋਂ ਹੀ ਆਏ ਹਾਂ ਇੱਥੇ ਨਰਾਣ, ਇੱਥੇ ਆ ਕੇ ਮੈਨੂੰ ਬਣ ਗਿਆ ਜੀ ਮਸਲਾ। ਮੈਂ ਹੋ ਗਿਆ ਬਿਮਾਰ ਅਤੇ ਸੇਬ ਦੀ ਸਾਈਕਲ ਨੂੰ ਮਸਲਾ ਬਣ ਗਿਆ, ਅਤੇ ਉਹ ਜੀ ਸਾਈਕਲ ਨਹੀਂ ਚੱਲਦੀ, ਗੇਅਰ ਗੂਰ ਸ਼ਿਫਟ ਦਾ ਤੁਹਾਨੂੰ ਪਤਾ, ਪਿਛਲੇ ਵਲੋਗਾਂ 'ਚ ਤੁਸੀਂ ਵੇਖਿਆ ਹੋਣਾ ਜੀ ਸਾਈਕਲ ਮਸਲਾ ਕਰਦੀ ਆ ਇਹੀ, ਅਤੇ ਮੈਨੂੰ ਵੀ ਥੋੜ੍ਹਾ ਜਿਹਾ ਮਸਲਾ ਬਣ ਗਿਆ, ਦੱਸ ਨਹੀਂ ਮੈਂ ਸਕਦਾ ਕੀ ਮਸਲਾ ਬਣਿਆ। ਮਸਲਾ ਤਾਂ ਭਾਈ ਅਜ਼ਮਤ ਨੂੰ ਵੀ ਬਣ ਗਿਆ। ਕਾਹਦਾ? ਭਾਈ ਅਜ਼ਮਤ ਕੋਈ ਰੈਸ਼ਿਜ਼ ਨਹੀਂ ਕਲਾਏ ਆ। ਮੁਜ਼ਫਰਾਬਾਦ ਹੀ ਬਣ ਗਏ ਹਨ, ਪਰ ਫਿਰ ਵੀ ਜਿਹੜਾ ਮੈਂ ਤੁਹਾਡੇ ਕਮੈਂਟ ਆਉਣੇ ਨੇ ਬਈ ਟੂਰ ਕਰਦੇ ਨੇ, ਰਾਹ ਚ ਕੈਂਸਲ ਕਰ ਦਿੰਦੇ ਨੇ, ਹਿੰਮਤ ਮਾਰ ਕੇ ਨਾ ਨਰਾਣ ਤੱਕ ਮੈਂ ਆਇਆ ਤੇ ਕਗਾਨ ਤੱਕ ਹੀ ਮੇਰੀ ਬੱਸ ਹੋ ਗਈ, ਪਰ ਫਿਰ ਵੀ ਮੈਂ ਜਿਹਾ ਅਗਲੇ ਦਿਨ ਨਰਾਣ ਤੱਕ ਆਇਆ ਇਹਨਾਂ ਵਾਸਤੇ। ਮੈਂ ਮੁੰਡੇ ਆਏ ਨੇ ਤੇਰਾ ਥੋੜਾ ਫਿਰ ਤੋਲ ਲੈਣ। ਗੋਲੇ ਮਾਰਾਂਗੇ ਇੱਕ ਦੂਜੇ ਨੂੰ, ਡ੍ਰੀਮ ਹੋਈ ਜਾਏਗਾ ਪੂਰਾ। ਪਰ ਤੁਹਾਡੇ ਬਿਮਾਰੀ ਇੱਥੇ ਆ ਕੇ ਲੱਗਣੀ? ਬਿਮਾਰੀ ਮੁਜ਼ਫਰਾਬਾਦ ਹੀ ਹੋ ਗਏ ਹਾਂ, ਇੰਨੀ ਗਰਮੀ ਤੇ ਇੱਥੋਂ ਤੱਕ ਤੁਹਾਡੇ ਵਾਸਤੇ ਹੀ ਆਇਆ ਸਪੈਸ਼ਲ ਕਿ ਚਲੋ ਜਵਾਨਾਂ ਨੂੰ ਗਾਂ ਤੱਕ ਲਾਈ ਜਾਂਦੇ ਆ, ਆਖਰੀ ਨਾ ਰਾਹ ਤੱਕ ਰਹਿ ਗਏ। ਅਸੀਂ ਕਹਿੰਦੇ ਆ ਸਾਰਿਆਂ ਨੂੰ ਸਿੰਘ ਨਾਨਕ ਗਾਣ ਹੋ ਗਏ, ਚਲ ਤੁਸੀਂ ਵੀ ਕਹਿ ਲਓ ਕਰੋ। ਹਾਂ ਤੁਸੀਂ ਵੀ ਕਹਿ ਲਓ, ਫਿਰ ਵੱਡਿਆਂ ਹੋ ਗਏ ਆਪਣੇ ਜਾਣਿਆਂ ਨੂੰ। ਅੱਜ ਛੱਡ ਜਾਣਾ ਤੇਰਾ ਸ਼ਹਿਰ ਅਸੀਂ ਕਦੇ ਫਿਰ ਪਰਤ ਕੇ ਆਉਣਾ ਨਾ, ਅਸੀਂ ਰੋਂਦਿਆਂ ਰੋਂਦਿਆਂ ਤੁਰ ਜਾਣਾ, ਸਾਡਾ ਕਿਸੇ ਵੀ ਦਰਦ ਵੰਡਾਉਣਾ ਨਾ। ਇਹ ਜੇ ਜੀ ਕੋਸਟਰ ਇਹ ਜਿਹਾ ਕਰਾਈ ਅਸੀਂ ਇਹਦੇ 'ਚ ਬਹਿ ਕੇ ਜਾਵਾਂਗੇ। ਹਮਜ਼ਾ ਸਿੱਧੂ ਕੇ ਨਾਮ ਸੇ ਚੈਨਲ ਹੈ, ਉੱਧਰ ਆਏਗਾ ਵਲੋਗ। ਕਿਸ ਚੈਨਲ ਸੇ? ਹਮਜ਼ਾ ਸਿੱਧੂ। ਚੱਲ ਵੀ ਚੁੱਕ ਤੇ ਫੱਟੇ ਜਵਾਨਾ ਸਜ਼ਾਦਾ। ਉਹਲਾ ਪਾਸਾ ਰੱਖਿਓ ਥੱਲੇ ਆਪਣੀ ਬਿੱਲਣ ਜੇ ਨਾ ਬੱਸ ਦੇ ਉੱਤੇ ਲੱਦ ਲਿਆ ਜੇ। ਉਹ ਦੂਰ ਦੂਰ ਵੇਖੋ ਬਰਫ਼ ਵਾਲੇ ਪਹਾੜ। ਤਬੀਅਤ ਸੈੱਟ ਰਹਿੰਦੀ ਨਾ ਤਾਂ ਫਿਰ ਇਨਸ਼ਾਅੱਲਾ ਜੇ ਨਾ ਬਾਬੂ ਸਰ ਟਾਪ ਤੱਕ ਜ਼ਰੂਰ ਜਾਣਾ ਸੀ। ਟਿਊਟੋਰੀਅਲ ਵੇਖੋ ਜੀ, ਡਾਂਸ ਹੋ ਰਿਹਾ। ਜਿਨੀ ਚਿਰ ਨਹੀਂ ਆਉਂਦੇ ਚਾਚਾ ਜੀ ਫਿਰ ਡਾਂਸ ਕਰ ਆਈ ਅਸੀਂ। ਕਰੋ ਕਰੋ, ਚਲੋ ਤੁਸੀਂ ਵੀ ਨਾਲ ਆਓ। ਕਿੱਦਾਂ ਨੀ ਕਰਦੀ ਡਾਂਸ? ਅੱਛਾ ਜੀ, ਚਲੋ ਜੀ ਆਮ ਅਸੀਂ ਜੇ ਨਾ ਰਾਣੀ ਨੂੰ ਵੀ ਚੁੱਕ ਕੇ ਖੜੀਏ ਰੱਖੀਏ ਉੱਤੇ, ਸਾਰੀਆਂ ਸਾਈਕਲਾਂ ਜੇ ਨਾ ਛਾਤ ਉੱਤੇ ਲੱਦ ਲਈਆਂ ਜੇ, ਹੁਣ ਫਿਰ ਜੇ ਨਿਕਲੀਏ ਵਾਪਸੀ ਨੂੰ। ਚਲੋ ਆਈ ਫਿਰ ਬਸ ਚ ਬਾਬਾ ਬਾਬੂ।
ਫਿਰ ਆਏਗੇ ਇਨਸ਼ਾਅੱਲਾ, ਨਹੀਂ ਆਏਗੇ ਬਹੁਤ ਬੰਦ ਹੋ ਸਾਰਿਆਂ ਦੀਆਂ ਸਾਈਕਲਾਂ ਤੋਂ ਚਾਰ ਕਹਿ ਦਿਆ, ਵੇਖੋ ਮੇਰੇ ਹੱਥਾਂ ਦੀ ਹਾਲਤ ਜੀ ਹੈ ਨਾ, ਕਾਲੇ ਕਾਲੇ ਹੱਥ ਹੋ ਗਏ ਜੀ ਹੈ ਨਾ। ਚਲੋ ਜੀ ਅੱਲਾ ਦਾ ਨਾਂ ਲੈ ਕੇ ਜੀ ਹੈ ਨਾ, ਥੋੜੇ 10 ਮਿੰਟ ਲੇਟ ਹੋਵੇ ਤਾਂ 2-5 ਮਿੰਟ ਰੁਕੀ ਪਿੱਟ ਗਈ ਨੇ ਆ। ਓਏ ਹੋਏ ਹੋਏ ਹੋਏ, ਸਵਾਰੀਆਂ ਤੁਰ ਗਈਆਂ ਚਾਚਾ, ਜੇ ਤੁਸੀਂ ਆਏ ਹੋ ਨਾ। ਹਾਂਜੀ ਜੀ, ਉਹ ਤੋਂ ਲੈਣ ਗਿਆ ਲੈ ਉਹਨਾਂ ਨੇ ਵਾਪਸ। ਗੋੜੀ ਦੇ ਵਿੱਚ ਥੋੜੀ ਜਿਉਂ ਕਰਕੇ ਗੋੜੀ ਕਰਦੀ, ਕੋਈ ਬਾਤ ਨੀ, ਗੁੱਡ ਬਾਏ, ਕੋਈ ਬਾਤ ਨੀ, ਗੁੱਡ ਬਾਏ, ਕੋਈ ਬਾਤ ਨੀ। ਹਾਂਜੀ, ਗੋੜੀ ਇਤਨੀ ਜ਼ਿਆਦਾ ਉਸ ਉਰਦੂ ਵੀ ਆਤੀ ਸੀ ਨਾ। ਸਾਈਕਲ ਉੱਤੇ ਜੇ ਨਾ ਜਿੰਨਾ ਸਫ਼ਰ ਕੀਤਾ ਨਹੀਂ ਜਾਂਦਾ, ਚੜ੍ਹਾਈਆਂ ਲਥਾਈਆਂ, ਬੱਸ ਉੱਤੇ ਹੁਣ ਵਾਪਸੀ, ਬੱਸ 'ਤੇ ਬਹਿ ਕੇ ਵੀ ਸਫ਼ਰ ਕਰਨ ਦਾ ਆਪਣੀ ਮਜ਼ਾ, ਸਾਈਕਲ ਉੱਤੇ ਬਹਿ ਕੇ ਜੇ ਨਾ ਮਜ਼ੇ ਕਰ ਲਏ, ਹੁਣ ਬੱਸ ਉੱਤੇ ਬਹਿ ਕੇ ਜਿਹਾ ਸਫ਼ਰ ਕਰਨ ਦੇ ਮਜ਼ੇ ਕਰਦੇ ਹਾਂ। ਕਗਾਨ ਜੇ ਨਾ ਪਹੁੰਚ ਗਏ ਜੇ, ਅਤੇ ਟ੍ਰੈਫਿਕ ਵੇਖੋ ਜਾਮ ਹੋ ਗਏ ਜੇ। ਹਾਲਾਂਕਿ ਜੇ ਨਾ ਵੇਖ ਲਓ ਮੈਂ ਬੱਸ 'ਚ ਜਾਣ ਦਿਆਂ, ਪਰ ਫਿਰ ਵੀ ਟ੍ਰੈਫਿਕ ਜਾਮ ਕਰਾ ਰਹੀ, ਅਤੇ ਹਿਸਾਬ ਲਾਓ ਜਦੋਂ ਮੈਂ ਸਾਈਕਲ ਲਿਆਉਣਾ ਹੈ ਤਾਂ ਲੈਣਾ ਲੱਗ ਜਾਂਦੀਆਂ ਹਨ, ਨਰਾਂ 'ਚ ਲਾ ਕੇ ਕਗਾਨ 'ਚ ਲਾ ਕੇ ਨਰਾਂ ਤੱਕ ਲੈਣ ਲੱਗ ਗਈ ਕੱਲ੍ਹ, ਬੜਾ ਔਖਾ ਹੀ ਨੰਗੇ ਹਾਂ। ਉਹ ਬਸ ਜੀ ਅੱਲਾ ਦੇ ਕਰਮ ਫਲ ਨਾਲ ਫੈਨ ਫਾਲੋਇੰਗ ਬੜੀ ਹੈ, ਅਲਹਮਦੁਲਿਲਾ ਚਾਹਣ ਵਾਲੇ ਬੜੇ ਨੇ। ਕਿਆ ਹੁਆ, ਚੱਕਰ ਆ ਰਹੇ ਹੈ? ਹਾਂ ਬਾਈ, ਤੋਂ ਜਿਵੇਂ ਚੱਕਰ ਆਉਂਦੇ ਨੇ, ਜੇ ਚੱਕਰ ਸਾਨੂੰ ਦੇ ਕੇ ਲੰਘਦਾ ਸੀ ਨਾ ਅੱਗੇ ਪਿਆ, ਉਹ ਵਾਪਸ ਆਉਂਦੇ ਨੇ ਹੁਣ, ਅਸੀਂ ਤੁਹਾਨੂੰ ਚੱਕਰ ਦੇ ਕੇ ਲੰਘੇ, ਹੁਣ ਤੁਸੀਂ ਸਾਨੂੰ ਦਵਾਉਂਦੇ ਹੋ ਕੇ। ਹਾਂ ਬਿਲਕੁਲ, ਤਾਦੀ ਵਾਪਸ ਆਉਂਦੇ ਨੇ। ਕਮੈਂਟ ਕਰਕੇ ਦੱਸਿਓ ਅਗਲੀ ਕੌਣ 'ਚ, ਸਾਡੇ 'ਚ ਲੈਦਾ ਕੌਣ ਜਾਣ ਡਿਆ, ਸਾਡੀ ਟੀਮ 'ਚ ਲੈਦਾ ਕਿਹੜਾ ਬੰਦਾ ਜਾਣ ਡਿਆ, ਦੱਸਿਓ ਕਮੈਂਟ ਕਰਕੇ। ਇਹ ਜੀ ਕਵਈ ਆ ਗਈਆਂ ਚੜਾਈਆਂ, ਉਹ ਉੱਧਰ ਨੂੰ ਗਏ ਹਾਂ ਬਾਬਾ ਜੀ ਸਾਈਕਲ ਲੈ ਕੇ, ਇੱਧਰ ਨੂੰ ਚੜ੍ਹੇ ਹਾਂ ਹੁਣ, ਅਤੇ ਇੱਧਰ ਨੂੰ ਘੁੰਮ ਘੁੰਮ ਕੇ ਉੱਧਰ ਨੂੰ ਗਿਆ, ਅਤੇ ਟ੍ਰੈਫਿਕ ਉਹ ਕਿੰਨੀ ਇੱਥੇ।
ਨਤੀਜੇ ਨਾਲ ਅਲਹਮਦੁਲਿਲਾ ਪਹੁੰਚ ਗਏ ਹਾਂ ਅਤੇ ਜਾਂਦਿਆਂ ਜਿਹੜਾ ਚੜ੍ਹਾਈਆਂ ਚੜ੍ਹੀਆਂ ਹਨ ਨਾ ਬਾਲਾਕੋਟ ਤੋਂ ਨਾਲ ਨੂੰ ਉਹ ਜਿਹਾ ਵਾਪਸੀ ਲਿਥਾਈਆਂ ਲੱਥੀਆਂ ਹਨ। ਟਾਈਮ ਤਕਰੀਬਨ ਜਿਹਾ ਨਾ ਡੇਢ ਵਜੇ ਦਾ ਹੋ ਜਾਂਦਾ ਅਤੇ ਅਸੀਂ ਜਿਹਾ ਨਾ ਬਾਲਾਕੋਟ 'ਚੋਂ ਅੱਗੇ ਨਿਕਲ ਕੇ ਜੇ ਹੁਣ ਨਾਸ਼ਤਾ ਕਰਨ ਲੱਗੇ ਹਾਂ। ਆਮ ਵਾਲੀ ਜੇ ਨਾ ਬਾਅਦ 'ਚ ਬਹਿ ਕੇ ਵੇਖੋ ਹਾਲਤ, ਇੰਨੀ ਹਾਲਤ ਜੇ ਨਾ ਸਾਈਕਲ ਚਲਾ ਕੇ ਨਹੀਂ ਖਰਾਬ ਹੋਈ ਜਿੰਨੀ ਬਾਅਦ 'ਚ ਬਹਿ ਖਰਾਬ ਹੋ ਗਈ ਹੈ। ਵੇਖੋ ਯਾਰ ਕੀ ਨਜ਼ਰ ਆਉਣ ਡਿਆ ਜੀ, ਅਜਾ ਮੂੰਹ ਧੋ ਗਿਆ, ਫਰੈਸ਼ ਹੋ ਜਰਾ। ਦੁਪਹਿਰ ਦਾ ਲੰਚ ਜੇ ਨਾ ਬਾਈ ਆ ਗਿਆ ਜੀ। ਬਿਸਮਿਲਲਾ ਲੰਚ ਕਰਕੇ ਬਾਈ ਨਿਕਲ ਪਏ ਜੇ ਤੇ ਇੱਥੋਂ ਪੈਟਰੋਲ ਪੰਪ 'ਚ ਹੁਣ ਬਾਅਦ 'ਚ ਪੈਟਰੋਲ ਪਵਾਉਣ ਲੱਗੇ ਜੇ। ਮੱਖੀ ਜਿਹੜੀ ਲੜੀ ਸੀ ਨਾ ਮੈਨੂੰ ਉਹਦੀ ਵਜ੍ਹਾ ਨਾਲ ਸੱਟ ਲੱਗੀ ਅਤੇ ਮੇਰੀ ਅੱਖ ਵੀ ਜਿਵੇਂ ਸੁੱਜ ਗਈ ਵਾਵਾ। ਟਾਈਮ ਤਕਰੀਬਨ ਜਾਂ 2:16 ਹੋ ਗਏ ਜੇ, ਸਫ਼ਰ ਜਿਹਾ ਨਾ ਇੱਕ ਵਾਰੀ ਫਿਰ ਆਪਣਾ ਸਟਾਰਟ ਹੋ ਗਿਆ। ਬਾਹਰ ਜੇ ਨਾ ਬਾਰਿਸ਼ ਸਟਾਰਟ ਹੋ ਗਈ ਜੀ, ਵੈਦਰ ਥੋੜ੍ਹੀ ਵੀ ਸੌਂ ਗਿਆ ਜੀ, ਰੇਹ ਵੀ ਸੌਂ ਗਿਆ। ਤੁਹਾਨੂੰ ਪਤਾ ਫਿਰ ਮੈਂ ਜਿੱਥੇ ਜਾਵਾਂ ਟ੍ਰੈਫਿਕ ਜਾਮ ਹੋ ਜਾਂਦੀ, ਲੈਣਾ ਲੱਗ ਜਾਂਦੀਆਂ ਗੱਡੀਆਂ ਦੀਆਂ। ਇੱਥੇ ਤੇ ਸਾਨੂੰ ਬਹੁਤੀ ਲੈਣ ਲੱਗ ਗਈ ਹਰ ਪਾਸੇ। ਆਪਣੇ ਦੁਸ਼ਮਣ ਕੋ ਸ਼ੱਕ ਕੀ ਨਿਗਾਹ ਸੇ ਮਤ ਦੇਖ, ਆਂਦੇ ਆਪਣੇ ਦੁਸ਼ਮਣ ਕੋ ਸ਼ੱਕ ਕੀ ਨਿਗਾਹ ਸੇ ਮਤ ਦੇਖ, ਤੇਰਾ ਕਾਤਿਲ ਤੋ ਤੇਰਾ ਦੋਸਤ ਵੀ ਹੋ ਸਕਤਾ ਹੈ। ਦੋਸਤ ਅਲਹਮਦੁਲਿਲਾ ਜੀ, ਅਲਹਮਦੁਲਿਲਾ 5:30 ਟਾਈਮ ਹੋ ਗਿਆ ਤੇ ਰਾਵਲਪਿੰਡੀ ਇਸਲਾਮਾਬਾਦ ਪਹੁੰਚ ਗਏ ਹਾਂ। ਟਾਈਮ ਜਿਹਾ 6:00 ਮੈਨੂੰ ਆਏ 5:30 ਹੋਏ ਨੇ, ਅੱਗੇ ਟ੍ਰੈਫਿਕ ਕਿਆ ਕਰਾਂ। ਬਾਈ ਅਜ਼ਮਤ ਕਿੰਨਾ ਕਰਾਇਆ ਸੀ? 2000 ਰੁਪਏ ਇੱਕ ਸਵਾਰੀ ਦਾ। ਨਰਾਨ ਚੂਜਿਆਂ ਨੇ ਸਾਨੂੰ ਇਹ ਬੱਸ ਸਹੀ ਮਿਲ ਗਈ, ਮਤਲਬ ਪੂਰੀ ਬੋ ਕਰਾ ਲਈ, ਖਾ ਲਈ ਪਈ, ਫਿਰ ਸਾਰੀ ਸਾਈਕਲਾਂ ਅਤੇ ਆਪ ਹੀ ਵਿੱਚ ਹੀ ਬਹਿ ਕੇ ਅਸੀਂ ਆ ਗਏ ਹਾਂ। ਬੱਸ ਉੱਤੋਂ ਗੱਡੀਆਂ ਲਾਈਆਂ ਨੇ ਅਤੇ ਜੇ ਮੈਨੂੰ ਪਤਾ ਚੱਲਿਆ ਜੀ ਮੇਰੀ ਸਾਈਕਲ ਦਾ ਜੇ ਹੈ ਨਾ ਬਿੱਲੋ ਦਾ ਅਗਲਾ ਮਡ ਗਾਰਡ ਉੱਡ ਗਿਆ ਜੇ, ਆ ਇਕੱਲਾ ਪੇਜ ਰਹਿ ਗਿਆ ਹਜੇ, ਬਾਕੀ ਮਡ ਗਾਰਡ ਜੇ ਹੈ ਨਾ ਉੱਡ ਗਿਆ, ਨੁਕਸਾਨ ਹੋ ਗਿਆ, ਪਤਾ ਨਹੀਂ ਰਾਹ 'ਚ ਕਿੱਥੇ ਉੱਡ ਗਿਆ। ਚਲੋ ਚੱਲੀਏ ਹੁਣ ਘਰ ਨੂੰ।
ਆਹ ਮਸੀਂ ਤਾਂ ਜਿਹਾ ਨਾ ਮੂੰਹ ਵੇਖੋ, ਸਾਈਕਲ 'ਤੇ ਸਾਈਕਲ 'ਤੇ ਚਲਾ ਖੋਈ ਛਾ ਜੇ ਅਤੇ ਬੱਸ ਵਿੱਚ ਬਹਿ ਕੇ ਜਿਹਾ ਨਾ ਚਾਹ ਦੇ ਲੱਗਦਾ ਆਪ ਹੁੰਦਾ ਸੀ ਪਿਆ ਅਤੇ ਹੁਣ ਮੂੰਹ ਲੰਮਾ ਗਿਆ ਵਾਪਸੀ 'ਤੇ। ਟਾਈਮ ਤਕਰੀਬਨ 7 ਵੱਜ ਗਏ ਜੀ, ਭਿੰਡੀ ਚੋਂ ਜਾਣਾ ਫਿਰ ਵਜ਼ੀਰਾਬਾਦ ਵਾਲੀ ਬੱਸ ਲੱਗੀ ਹੈ, ਉਹਦੇ 'ਚ ਸਾਈਕਲਾਂ ਆਪਣੀ ਲੱਗੀਆਂ ਚੱਲੀਏ ਫਿਰ ਲੈ ਕੇ ਬੱਸ 'ਤੇ ਵਾਈ ਵਰ ਗਏ ਹਾਂ। ਫਿਲਹਾਲ ਤਾਂ ਖਲੋਤੇ ਹੀ ਹਾਂ, ਖਲੋਤੇ ਜਾਣ ਡੇ ਹਾਂ, ਬਹਿ ਗਿਆ ਗੱਲਾਂ ਸੀਟ 'ਤੇ। ਆਹ ਮਿਸ਼ਨ ਵਿੱਚ ਜਿਹਾ ਸੀਟ ਲੱਭ ਹੀ ਗਈ ਜੀ, ਬੜਾ ਮਜ਼ਾ ਜਿਹਾ ਦਿਲ ਖਰਾਬ ਹੁੰਦਾ ਬੱਸ 'ਚ ਬਹਿ ਕੇ। ਖਾਣੇ ਬਰਗਰ ਟਾਈਮ ਤਕਰੀਬਨ ਜਿਹਾ ਨਾ 10:30 ਵਜੇ ਦਾ ਹੋ ਚੱਲਿਆ। ਰਾਤ ਦਾ ਡਿਨਰ ਤੇ ਕੀਤਾ ਕੋਈ ਨਾ, ਉਹਨੇ ਬਰਗਰ ਖਾ ਲਿਆ। ਬਰਗਰ ਵਾਲਾ ਭਾਈ ਆਏ ਬੱਸ 'ਚ, ਜਾਂਦਾ ਮੈਂ ਨੀ ਖਾਣਾ। ਲਾਲਾ ਮੂਸਾ ਪਹੁੰਚੇ ਆ, ਅਮਿਸ਼ ਫਰੈਸ਼ ਫਰੂਸ਼ ਹੋਣਾ ਤੋ ਹੋਲ ਹੈ, ਚੀਜ਼ ਉੱਥੇ ਨੀ ਆਇਆ ਨਹੀਂ ਆਇਓ ਫਿਰ ਜੀ ਨਾ, ਮੈਂ ਤੇ ਘਰ ਆਵਾਂ ਤੇਰਾ ਚੀਜ਼ ਚੋਂ ਤੇ ਤੇਰਾ ਹੱਥ ਮੂੰਹ ਧੋਈਏ, ਫਰੈਸ਼ ਫਰੂਸ਼ ਹੋਈਏ। 5-10 ਮਿੰਟ ਖਲੋਤੀ ਬੱਸ ਇੱਥੇ, ਇੱਥੋਂ ਜਾਣ ਥੋੜ੍ਹੇ ਬਿਸਕੁਟ ਬੂਸਕੁਟ ਲਏ ਜੇ ਖਾਣ ਪੀਣ ਵਾਸਤੇ ਰਾਹ 'ਚ। ਹਾਲਾ ਭਾਈ ਜਵਾਨਾ ਸੌ ਗਿਆ, ਡਿਨਰ ਹੋਈਏ ਜੇ ਰਾਤ ਦਾ, ਪਤਾ ਨੀ ਕਿਦੂ ਕਰਨਾ ਮੈਂ ਥੋੜ੍ਹਾ ਬਹੁਤਾ ਤੇ ਕੁਛ ਖਾਏ ਪੀਏ। ਬੱਸ ਜੀ ਨਾ ਭਾਈ ਸਟਾਰਟ ਹੋ ਪਈ ਜੇ, ਵਜ਼ੀਰਾਬਾਦ ਪਹੁੰਚ ਗਏ ਜੇ, ਇੱਥੇ ਉੱਤੋਂ ਸਾਈਕਲਾਂ ਲਾ ਲਾਂਗੇ ਜੀ ਬੱਸ ਦੇ। ਹੁਣ ਟਾਈਮ ਤਕਰੀਬਨ 11:54 ਮਿੰਟ ਹੋ ਗਏ ਜੇ। ਇਸ ਟਾਈਮ ਜਿਹਾ ਨਾ ਅਸੀਂ ਖਲੋਤੇ ਹਾਂ ਵਜ਼ੀਰਾਬਾਦ, ਵੇਖੋ ਫਿਰ ਇੱਥੋਂ ਸਾਈਕਲਾਂ ਕਿੰਜ ਲੈ ਕੇ ਜਾਂਦੇ ਹਾਂ। ਫਾਈਨਲੀ ਜੀ ਪਹੁੰਚ ਗਏ ਜੀ ਆਪਣੀ ਮੰਜ਼ਿਲ ਚ ਪਿੰਡ ਵਾਪਸ। ਸਭ ਨਾਲੋਂ ਪਹਿਲਾਂ ਤੇ ਅਮਸ਼ ਗੱਭਰੂ ਜਵਾਨ ਆਇਆ ਜੀ ਪੁਰਾਣੂ ਘੜੀ।
ਆਹੋ ਆਹੋ ਜਵਾਨ ਨਹੀਂ, ਜਿਹੜਾ ਜਵਾਨ ਆਇਆ ਉਹਦਾ ਨਾਂ ਲੈ ਅਮਰ ਦੀ ਰਾਣੀ ਜੀ ਸਾਹਮਣੇ ਪਹਿਲਾਂ ਇੱਥੇ ਆ ਕੇ ਖਲੋਤੀ ਹੈ ਤੇ ਇਹ ਇੱਥੋਂ ਆ ਕੇ ਕੱਟ ਮਾਰ ਕਹਿੰਦਾ ਮੈਂ ਸਾਹਮਣੇ ਪਹਿਲਾਂ ਆਇਆ ਕੰਮ ਵੇਖੋ ਮੇਰੀ ਜਿਹਾ ਨੇ ਇੱਕ ਤੇ ਦਾਣੇ ਬਣੇ ਹਨ ਤੇ ਇੱਕ ਜਿਹਾ ਲੱਤ ਦੀ ਪੀੜ ਨਿਕਲ ਗਈ ਸੀ। ਮੈਂ ਅਮ ਚ ਇਕੱਠੇ ਆਉਂਦੇ ਸਭ ਨਾਲੋਂ ਅੱਗੇ ਤੇ ਅਮ ਨੂੰ ਮੈਂ ਕਿਹਾ ਤੂੰ ਜਾ ਤੇ ਇਹਨਾਂ ਤਿੰਨਾਂ ਅੱਗੇ ਨੰਘ ਜਾਣਾ ਤੇ ਮੈਂ ਇਹਨਾਂ ਦੇ ਨਾਲ ਨਾਲ ਪਿੱਛੇ ਪਿੱਛੇ ਆਉਣ ਡਿਆ। ਉਹ ਦੱਸ ਕਿਹਾ ਮੈਂ ਬੜਾ ਜ਼ੋਰ ਲਾਇਆ ਪਰ ਮੈਂ ਸਭ ਲਾ ਮੇਰੇ ਵੱਸੋਂ ਕੰਮ ਬਾਹਰ ਨਹੀਂ ਨਹੀਂ ਜ਼ੋਰ ਤੁਸੀਂ ਲਾ ਕੇ ਆਏ ਹੋ ਚਾਰ ਪਿੰਡ ਵਿੱਚੋਂ ਪਟਾ ਤੇ ਜ਼ੋਰ ਆ ਫਿਰ ਲੱਗ ਜਾ ਇੱਥੋਂ ਆ ਕੇ ਅੱਗੇ ਸਲਿੱਪ ਮਾਰ ਕੇ ਕਹੋ ਮੈਂ ਜਿੱਤ ਗਿਆ ਪਿੱਛੋਂ ਪੁੱਤਰ ਤਰੇ ਘੰਟੇ ਅੱਗੇ ਅੱਗੇ ਲੜਾ ਕੇ ਬਾਈ ਫਿਰ ਪਤਾ ਚੱਲਦਾ ਕਿੰਨਾ ਕੁ ਜ਼ੋਰ ਪਟਾਂ 'ਚ ਫਿਰ ਪਤਾ ਚੱਲਦਾ ਪਟਾਂ 'ਚ ਕਿੰਨਾ ਜ਼ੋਰ ਸਿਆਲਕੋਟ ਅੱਗੇ ਲੱਗ ਕੇ ਆਈਏ ਤੇ ਵੀਡੀਓ ਨਹੀਂ ਬਣਨੇ ਤੁਹਾਨੂੰ ਵੀਡੀਓ ਵਹਾਂਦਾ ਕੌਣ ਸਾਡੇ ਨੂੰ ਅੱਗੇ ਲੱਗ ਕੇ ਆਇਆ ਸੇਬ ਜੀ ਨੇ ਸਾਈਕਲ ਖਰਾਬ ਬਾਜੀ ਤੇ ਜਵਾਨ ਤੇ ਆਏ ਸਾਈਕਲਾਂ 'ਚ ਇੱਥੋਂ ਆ ਕੇ ਜ਼ੋਰ ਦਾ ਪਤਾ ਚੱਲਣਾ ਸੀ ਇੱਥੇ ਆ ਕੇ ਤੇ ਘਰ 'ਚ ਬਹਿ ਕੇ ਆ ਗਿਆ ਪਹਿਲਾਂ ਕਿੱਥੋਂ ਆਇਆ ਫਿਰ ਵੀ ਪਿੱਛੇ ਘਰ 'ਚ ਬਹਿ ਕੇ ਵੀ ਚਾਚੂ ਜੋੜੀ ਵੀ ਬਾਈ ਆ ਕੇ ਜੇ ਸੁਬਾਹ ਦੀ ਸੈਰ ਕਰਕੇ ਤੇ ਹੁਣ ਚਾਚੂ ਨੇ ਨਾਰਾਜ਼ ਹੋ ਜਾਣਾ ਮੇਰਾ ਵੇਖਣਾ ਵੀ ਕੋਈ ਨਹੀਂ ਚਾਚੂ ਹੁਣਾਂ ਦਾ ਗਿਫਟ ਜਿਹਾ ਲਿਆ ਗਿਆ ਉਹ ਘਰ ਜਾ ਕੇ ਦਾਂਗੇ ਚੋਰੀ ਸਾਹਿਬ ਕਿੱਥੇ ਜਾਣ ਡੇ ਹੋ ਕਿੱਥੇ ਚੱਲੇ ਹੋ ਇੱਥੇ ਤੇ ਜੱਫੀ ਪਾਓ ਜਵਾਨ ਆ ਗਿਆ ਜੱਫੀ ਤੇ ਪਾਓ ਚਲੋ ਮੈਂ ਬਦਲ ਚ ਗਿੱਲੇ ਹੋ ਗਏ ਬਾਈ ਹਜ਼ਮਤ ਹੋ ਗਿਆ ਸਾਨੂੰ ਬਾਅਦ ਚ ਆਉਂਦੇ ਯਾਰ ਬਾਈ ਹਜ਼ਮਤ ਇੰਨੇ ਰਹਿ ਗਏ ਯਾਰ ਮਾੜੀ ਗੱਲ ਜੋੜ ਲਗਾ ਕੇ ਆਈਸ਼ਾ ਜੋੜ ਲਗਾ ਕੇ ਆਈਸ਼ਾ ਪੱਟਾਂ ਚ ਜ਼ੋਰ ਹੋਣਾ ਚਾਹੀਦਾ ਕੋਈ ਖਾਇਆ ਪੀਆ ਕਰੋ ਆਪਣੇ ਪਿੰਡ ਤੇ ਪਹੁੰਚ ਗਏ ਆ ਉੱਥੇ ਤੇ ਸਾਰਾ ਸਫ਼ਰ ਧੋਤਾ ਨੀ ਤੇ ਹੁਣ ਕਿੰਨਾ ਯਾਦ ਆਉਂਦੀ।